ਅੱਜ ਅਸੀਂ ਪਹੁੰਚੇ ਆ ਉਹ ਪਰਿਵਾਰ ਦੇ ਵਿੱਚ ਜੋ ਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਅਸੀਂ ਹਰ ਜੋ ਵੀ ਪਿੰਡਾਂ ਦੇ ਵਿੱਚੋਂ ਕੌਣ-ਕੌਣ ਇਨਸਾਨ ਆਪਦੇ ਦਿਲੋਂ ਤਨੋਂ ਮਨੋਂ ਉੱਥੇ ਦਿੱਲੀ ਦੇ ਵਿੱਚ ਸ਼ਿੰਗਾਰਤ ਦੇ ਵੀ ਹਿੱਸਾ ਲੈ ਰਿਹਾ ਅਸੀਂ ਅੱਜ ਉਹ ਨੌਜਵਾਨ ਦੇ ਘਰ ਪਹੁੰਚੇ ਆ ਜੋ ਕਿ ਦੇਖ ਰਹੇ ਹੋ ਫੌਕਸਟੀ ਪੁਆਇੰਟ ਚੈਨਲ ਤੇ ਮੈਂ ਸਵਰਾਜ ਸਿੰਘ ਝੋੜ ਤੇ ਮੇਰੇ ਨਾਲ ਜਰਨੈਲ ਸਿੰਘ ਸੰਧੂ ਗੁਰਪ੍ਰੀਤ ਸਿੰਘ ਜਿਹਦੇ ਕੀ ਪਰਿਵਾਰ ਦੇ ਵਿੱਚ ਇੱਕ ਪੁੱਤਰ ਨੇ ਜਲਮ ਵੀ ਲਿਆ ਲੇਕਿਨ ਉਹ ਪੂਰੇ ਅੱਜ 95 ਦਿਨਾਂ ਤੋਂ ਉੱਥੇ ਡਟੇ ਹੋਏ ਆ ਆਓ ਆਪਾਂ ਗੱਲਬਾਤ ਉਹਨਾਂ ਦੇ ਪਰਿਵਾਰ ਨਾਲ ਤੁਹਾਡੀ ਕਰਵਾਉਣੀ ਹੈ ਹੁਣ ਅਸੀਂ ਤੁਹਾਡੀ ਗੱਲਬਾਤ ਗੁਰਪ੍ਰੀਤ ਜੀ ਮम्मा ਜੀ ਨਾਲ ਕਰਾਵਾਂਗੇ ਜੋ ਕਿ ਸਭ ਨੂੰ ਪਤਾ ਹੈ ਕਿ ਅੱਜ ਪੂਰੇ 95 ਦਿਨ ਹੋ ਗਏ ਕੀ ਕਿਸਾਨੀ ਅੰਦੋਲਨ ਦੇ ਵਿੱਚ ਗੁਰਪ੍ਰੀਤ ਸਿੰਘ ਉਸ ਦਿਨ ਤੋਂ ਉੱਥੇ ਡਟਿਆ ਹੋਇਆ ਅਸੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਕਿ ਗੁਰਪ੍ਰੀਤ ਸਿੰਘ ਕਿੰਨੇ ਦਿਨੋਂ ਕੀ ਵੀ ਉੱਥੇ ਕਿੰਨਾ ਕੁ ਪਿੰਡਾਂ ਦੇ ਵਿੱਚ ਰਿਸਮੋਸ ਮਰੇ ਆ ਤੇ ਪਰਿਵਾਰ ਦੇ ਕੀ ਹਾਲਾਤ ਨੇ ਅਸੀਂ ਇਹ ਤੁਹਾਡੀ ਹਰ ਧਰਾਤਲ ਦੇ ਉੱਤੇ ਗੱਲਬਾਤ ਕਰਵਾਵਾਂਗੇ ਮਾਤਾ ਜੀ ਕਿੰਨੇ ਦਿਨ ਹੋ ਗਏ ਗੁਰਪ੍ਰੀਤ ਨੂੰ ਅੱਜ ਉੱਥੇ 26 ਤਰੀਕ ਦਾ ਗਿਆ ਜੀ ਤੇ 3 ਮਹੀਨੇ ਹੋ ਗਏ ਮਾਤਾ ਜੀ ਅੱਜ ਬੈਕਗ੍ਰਾਉਂਡ ਮੈਂ ਸੁਣਿਆ ਸੀਗਾ ਕਿ ਤੁਹਾਡੇ ਘਰ ਇੱਕ ਪੁੱਤਰ ਇਹਦੀ ਦਾਤ ਬਖਸ਼ੀ ਹੈ ਗੁਰਪ੍ਰੀਤ ਕਿੰਨੇ ਕ ਵਾਰੀ ਇੱਥੇ ਆ ਚੁੱਕਿਆ ਉਸ ਤੋਂ ਬਾਅਦ ਆਇਆ ਨਹੀਂ ਉਸ ਤੋਂ ਬਾਅਦ ਅਜੇ ਬੇਬੇ ਇੱਕ ਵਾਰ ਵੀ ਨਹੀਂ ਆਏ ਜੀ ਨਹੀਂ ਜੀ ਉਹ ਤਾਂ 31 ਦਾ ਜਰਮ ਹੈ ਤੇ 26 ਨੂੰ ਗਿਆ ਹੋਇਆਗਾ ਤੇ ਉਸ ਤੋਂ ਬਾਅਦ ਕੋਈ ਨਹੀਂ ਹੈ ਬੱਚੇ ਨੂੰ ਦੇਖਣ ਵੀ ਨਹੀਂ ਆਇਆ ਮਾਤਾ ਇੱਕ ਵਾਰ ਵੀ ਨਹੀਂ ਜੀ ਨਹੀਂ ਜੀ ਆਏ ਨਹੀਂ ਤੇ ਮਾਤਾ ਜੀ ਜਿਵੇਂ ਹੁਣ ਇੱਥੇ ਤੁਸੀਂ ਰਹਿਣ ਤੁਹਾਡੀ ਵੀ ਕੋਈ ਮੈਡੀਸਨ ਵਗੈਰਾ ਚੱਲਦੀ ਹੈ ਮੇਰੇ ਸੋਨ ਦੇ ਵਿੱਚ ਚੱਲਦੀ ਹੈ ਜੀ ਚੱਲਦੀ ਹੈ ਮਾਤਾ ਜੀ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕੈਂਸਰ ਦੀ ਚੱਲਦੀ ਸੀ ਆਪਰੇਸ਼ਨ ਹੋਇਆ ਜੀ 8 ਮਹੀਨੇ ਹੋ ਗਏ ਆ ਦਵਾਈ ਨੂੰ ਕਦੇ ਕਿਸੇ ਨੂੰ ਜਾਣੇ ਕਿਤੇ ਕਿਸੇ ਨੂੰ ਜਾਣੇ ਉਹ ਨਹੀਂ ਜਾਂਦਾ ਰਿਹਾ ਸਾਨੂੰ ਆਪਾਂ ਅੰਕਲ ਜੀ ਕੀ ਲੱਗਦੇ ਗੁਰਪ੍ਰੀਤ ਸਿੰਘ ਦੀ ਚਾਚਾ ਜੀ ਹਾਂਜੀ 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 ਕਿਵੇਂ ਦਾ ਸੁਆਜੀ ਗੁਰਪ੍ਰੀਤ ਸਿੰਘ ਦਾ ਇਸਟਾ ਕੋਈ ਉਹ ਜੋ ਵੀ ਕਰਦੇ ਆ ਜੀ ਕਿ ਨਹੀਂ ਜੋ ਪਹਿਲੇ ਉਹ ਚੰਡੀਗੜ੍ਹ ਦੇ ਸੀਗੇ ਜੀ ਹਾਂ ਜੀ ਹਾਂ ਜੀ ਛੱਡ ਕੇ ਆ ਗਏ ਹੁਣ ਤਾਂ ਤਕਰੀਬਨ 3 ਮਹੀਨੇ ਬਾਅਦ 26 ਤਰੀਕ ਦੇ ਤੁਸੀਂ ਇਹ ਸਭ ਲੋਕ ਵੀ ਉੱਥੇ ਹੀ ਹਾਂ ਜੀ ਪਹਿਲਾਂ ਤਾਂ ਹੀ ਦੇਖੋ 26 ਤਰੀਕ ਨੂੰ ਜਦੋਂ ਇੱਥੇ ਗਏ ਆ ਉਦੋਂ ਤਾਂ ਬਹੁਤ ਘੱਟ ਹੀ ਗਏ ਸੀਗੇ ਹਰਿਆਣੇ ਚੋਂ ਤਾਂ ਇੱਥੋਂ ਮਨ ਲਾ ਆਪਣੇ ਏਰੀਆ ਸਰਸ ਏਰੀਆ ਚੋਂ ਬਹੁਤ ਘੱਟ ਗਏ ਸੀ ਹੁਣ ਤਕਰੀਬਨ ਹੁਣ ਥੋੜਾ ਫਰਕ ਪੈ ਰਿਹਾ ਹੁਣ ਲੋਕ ਸਾਰੇ ਪਿੰਡਾਂ ਚੋਂ ਵੀ ਸਹਾਇਕ ਕਰਦੇ ਆ ਸਾਰੇ ਜਾ ਰਹੇ ਆ ਜੀ ਹੋ ਹਰ ਕਿਸਮ ਦਾ ਹੁਣ ਹਰ ਕਿਸਮ ਦਾ ਜਿਵੇਂ ਕਹਿੰਦੇ ਸੰਜੋਗ ਕਰ ਰਹੇ ਆ ਪਿੰਡਾਂ ਦੇ ਵਿੱਚੋਂ ਬਹੁਤ ਵਧੀਆ ਰਿਸਪੌਂਸ ਮਿਲਿਆ ਦੇਖੋ ਸੰਘਰਸ਼ ਆਪਾਂ ਨੂੰ ਸਭ ਨੂੰ ਪਤਾ ਕਿ ਥੋੜਾ ਲੰਮਾ ਚੱਲਣਾ ਲੇਕਿਨ ਉਹਦੇ ਬ੍ਰਦਰ ਵੀ ਐ ਚਾਚਾ ਜੀ ਦੀ ਲੜਕੀ ਸ਼ਾਇਦ ਇਹ ਹੋਣਗੀ ਬਾਈ ਜੀ ਆਪਣਾ ਮੈਂ ਗੁਰਪ੍ਰੀਤ ਦਾ ਬ੍ਰਦਰ ਨਾਲ ਛੋਟਾ ਹੀ ਛੋਟਾ ਭਾਈ ਮੈਂ ਦੀ ਛੋਟਾ ਭਾਈ ਕਿਵੇਂ ਬਾਈ ਜੀ ਤੁਸੀਂ ਕਿੰਨੇ ਵਾਰ ਉੱਥੇ ਜਾ ਚੁੱਕੇ ਹੋ ਮੈਂ ਡੇਢ ਮਹੀਨਾ ਲਾਇਆ ਜੀ ਤਿੰਨ ਚਾਰ ਵਾਰ ਹੀ ਜਾਇਆ 22 ਦਿਨ 13 ਲਾਏ 5 5 7 7 ਦਿਨ ਫਿਰ ਬਾਅਦ ਚ ਜਾ ਕੇ ਆਏ ਆ ਜੇ ਜਾਵੜਾ ਨੂੰ ਜੋ ਟਾਈਮ ਲੱਗਦਾ ਜਾਣੀ ਤੇ ਬਾਪੂ ਜੀ ਜਿੰਮੇ ਬੇਟੇ ਉੱਤੇ ਪਏ ਇਹਨਾਂ ਨੂੰ ਕੀ ਰੋਗ ਆ ਜੀ ਇਹਨਾਂ ਨੂੰ ਕੈਂਸਰ ਦੀ ਦਿੱਕਤ ਹੈ ਇਹਨਾਂ ਨੂੰ ਜੀ ਇਹਨਾਂ ਨੂੰ ਦਵਾਈ ਦਵਾ ਕੇ ਲਿਓਣਾ ਬਠਿੰਡੇ ਤੋਂ ਆਪ ਫਾਇਲਾਂ ਪਈਆਂ ਗਈ ਦੋਵਾਂ ਦੀ ਕਦੇ ਸੇਕੇ ਲੱਗਦੇ ਆ ਕਦੇ ਕੀ ਮੂਲੋਂ ਜਾਣੇ ਜੀ ਚਾਚਾ ਹੀ ਜਾਂਦੇ ਆ ਜਾਂ ਇਹ ਜਾਂਦਾ ਕੋਈ ਨਾ ਕੋਈ ਸਾਨੂੰ ਜਾਣਾ ਪੈਂਦਾ ਏ ਤੁਰੇ ਫਿਰਦੇ ਲੋਥੇ ਕਰਕੇ ਥੋੜਾ ਜਿਹਾ ਅਸੀਂ ਅਸੀਂ ਬਾਪੂ ਜੀ ਬਾਪੂ ਜੀ ਸਸਰੀਕਾਰ ਸਸਰੀਕਾਰ ਕਿਵੇਂ ਬਾਪੂ ਜੀ ਛੇਤਾ ਠੀਕ ਹੈ ਬੇਟਾ ਠੀਕ ਹਾਂ ਆਪਣੇ ਪੁੱਤਰ ਤੇ ਅੱਜ ਮਾਣ ਆ ਬਾਪੂ ਜੀ ਜਿੰਮੇ ਉਹ 90 ਦਿਨਾਂ ਤੋਂ ਉੱਥੇ ਹੀ ਹੈ ਸੇਠ ਠੀਕ ਹੈ ਹੋਰ ਬਾਈ ਜੀ ਕੋਈ ਗੱਲਬਾਤ ਜਿਵੇਂ ਆਪਾਂ ਨੇ ਪਿੰਡਾਂ ਦੇ ਵਿੱਚ ਆਉਂਦੇ ਜਾਂ ਗੁਰਪ੍ਰੀਤ ਸਿੰਘ ਵੀ ਉੱਥੇ ਜੋਬ ਵੀ ਕਰਦੇ ਚੰਡੀਗੜ੍ਹ ਦੇ ਵਿੱਚ ਕਿ ਹਾਂਜੀ ਹਾਂਜੀ ਚੰਡੀਗੜ੍ਹ ਜੋਬ ਕਰਦਾ ਸੀ ਜੀ ਕਿ ਪ੍ਰਾਈਵੇਟ ਜੋਬ ਕਰਦਾ ਸੀ ਇੱਕ ਇਹਨ ਕੈਪਾਈ ਹੋਈ ਸੀ ਆਪਦੀ ਉੱਥੇ ਉਹ ਵੀ ਗੱਡੀ ਇੱਥੇ ਲੈ ਕੇ ਆ ਗਿਆ ਆਪਦੀ ਉਹ ਅੱਜ ਤੱਕ ਬਾਹਰ ਗਈ ਹੋਈ ਹੈ ਤੇ ਸਭ ਕੁਝ ਸੰਘਰਸ਼ ਵਿੱਚੋਂ ਨੇ ਸਭ ਕੁਝ ਛੱਡ ਰੱਖਿਆ ਇਵਨ ਇਤੋਂ ਵੱਡਾ ਕਿਹੋ ਜਿਹੜਾ ਆਪ ਦਾ ਜਵਾਕ ਦਾ ਮੂੰਹ ਦੇਖਣ ਹੀ ਨਹੀਂ ਆਇਆ 31 31 ਦਸੰਬਰ ਨੂੰ ਉਹਦੇ ਘਰ ਬੇਟੇ ਨੇ ਜਨਮ ਲਿਆ ਅਜੇ ਤੱਕ ਆਪਦੇ ਬੇਟੇ ਦਾ ਮੂੰਹ ਨਹੀਂ ਦੇਖਿਆ ਦੇਖੋ ਇਹ ਆ ਸਾਡੇ ਨੌਜਵਾਨਾਂ ਵਿੱਚ ਜਨੂਨ ਜਜ਼ਬਾ ਆਪਣੇ ਆਪ ਇਹ ਨਹੀਂ ਕਹਿ ਸਕਦੇ ਕਿ ਇਹ ਹਰ ਇਨਸਾਨ ਵੀ ਆਪਣੇ ਲਈ ਕਰ ਰਿਹਾ ਨਹੀਂ ਆਪਣੀ ਆਉਣ ਵਾਲੀ ਪੀੜ੍ਹੀ ਦੀ ਹੋਂਦ ਬਚਾਉਣ ਲਈ ਕਰ ਰਿਹਾ ਸਭ ਨੂੰ ਪਤਾ ਕਿ ਆਉਣ ਵਾਲੇ ਹਾਲਾਤ ਕੀ ਹੋਣਗੇ ਆਪਾਂ ਬਾਹਰਲੇ ਦੇਸ਼ਾਂ ਵਿੱਚ ਜਾਣੇ ਆ ਕਿ ਉੱਥੇ ਸਾਡੇ ਨਾਲੋਂ ਪਹਿਲਾਂ ਇਹ ਬਿੱਲ ਜਿਹੜੇ ਪਾਸ ਕੀਤੇ ਆ ਸਰਕਾਰਾਂ ਨੇ ਉਹਨਾਂ ਦਾ ਤੇ ਅੱਜ ਸਾਨੂੰ ਕਿੰਨਾ ਕੁ ਬੈਨੀਫਿਟ ਆ ਇਹ ਤਾਂ ਸਾਨੂੰ ਆਉਣ ਵਾਲਾ ਸਮਾਂ ਦੱਸੂਗਾ ਨਾ ਜੇ ਜੇ ਇਹ ਮੋਦੀ ਸਰਕਾਰ ਨੇ ਬਿੱਲ ਵਾਪਸ ਨਹੀਂ ਲੈਂਦੀ ਤੇ ਦੇਖੋ ਅੱਜ ਕਿੰਨਾ ਨੁਕਸਾਨ ਹੋ ਰਿਹਾ ਦੂਜੇ ਦੇਸ਼ਾਂ ਦੇ ਵਿੱਚ ਸਾਡੇ ਦੇਖਿਆ ਜਾਂਦਾ ਕਿ ਕਿਸਾਨੀ ਖਤਮ ਹੋ ਰਹੀ ਹੈ ਬਾਈ ਜਿਵੇਂ ਦੂਜੇ ਦੇਸ਼ਾਂ ਦੇ ਵਿੱਚ ਵੀ ਇਹ ਬਿੱਲ ਲਾਗੂ ਹੋਇਆ ਤੁਹਾਨੂੰ ਤਾਂ ਇਹਦੇ ਬਾਰੇ ਜਿਆਦਾ ਪਤਾ ਹੋਊ ਕਿਉਂਕਿ ਤੁਸੀਂ ਨਾਲ ਜੁੜੇ ਹੋਏ ਆਜ ਉਹਨਾਂ ਦੇਸ਼ਾਂ ਦੇ ਵਿੱਚ ਕੀ ਹਾਲਾਤ ਨੇ ਸਾਰੇ ਬੁਰੇ ਹਾਲਾਤ ਹੀ ਆ ਆਪਣੇ ਬਿਹਾਰ ਚ ਹੋਇਆ ਸੀ ਬਿਹਾਰ ਦਾ ਕੀ ਹਾਲ ਹੋ ਰਿਹਾ ਜੀ ਆਪਣੇ ਇੱਥੇ ਦਿਹਾੜੀਆਂ ਕਰਨ ਆਉਂਦੇ ਆ ਪੰਜਾਬ ਚ ਦਿਹਾੜੀਆਂ ਕਰਨ ਜਾਂਦੇ ਤੇ ਆਪਾਂ ਦਿਹਾੜੀ ਕਰਨ ਕਿੱਥੇ ਜਾਵਾਂਗੇ ਜੀ ਇਹੀ ਇਹੀ ਕਾਨੂੰਨ ਬਿਹਾਰ ਚ ਹੋ ਚੁੱਕਿਆ 2006 ਬਿਹਾਰ ਚ ਦੇਖ ਲਓ ਹੁਣ ਜਿਹੜੇ ਬਿਹਾਰ ਚ ਇੱਥੇ ਦਿਹਾੜੀ ਕਰਨ ਆਉਂਦੇ ਆ ਉਹਨਾਂ ਕੋਲ 20-20 ਕਿੱਲੇ ਜ਼ਮੀਨ ਆ ਉਧਰ ਤੇ ਦਿਹਾੜੀ ਆ ਕੇ ਉਹ ਇੱਧਰ ਕਰਦੇ ਇਹਨਾਂ ਮਾੜੇ ਹਾਲਾਤ ਆ ਇਹ ਬਿਲ ਉਧਰ 2006 ਚ ਕਾਨੂੰਨ ਲਾਗੂ ਹੋ ਗਏ ਸੀਗੇ ਉਦੋਂ ਬਾਅਦ ਬਸ ਬੁਰਾ ਹਾਲ ਹੀ ਆ ਜੀ ਜਿਵੇਂ ਭਾਈ ਇਹ ਪਿੰਡ ਨਾ ਜਿਆਦਾ ਜਿੱਦੀ ਮੰਨਿਆ ਜਾਂਦਾ ਕਿ ਪਾਰਟੀ ਵਾਈ ਦੇ ਵਿੱਚ ਮੰਨਿਆ ਜਾਂਦਾ ਸੀਗਾ ਜਿਵੇਂ ਅੱਜ ਤੁਸੀਂ ਸੰਘਾਰਸ਼ ਦੇ ਵਿੱਚ ਇੱਥੋਂ ਲੰਗਰ ਵੀ ਲੱਗ ਰਿਹਾ ਰੋੜੀ ਦੇ ਵਿੱਚੋਂ ਜਿਵੇਂ ਉਹ ਚੀਜ਼ਾਂ ਨੂੰ ਲੈ ਕੇ ਅੱਜ ਕਿੰਨਾ ਕੁ ਲੋਕਾਂ ਦਾ ਰਿਸਪੌਂਸ ਆ ਵੀ ਉਹੀ ਚੀਜ਼ ਪਹਿਲਾਂ ਵਾਲੀ ਵਰਤ ਰਹੇ ਆ ਕਿ ਅੱਜ ਕੋਈ ਨਵੀਂ ਵੀ ਇਹ ਚੀਜ਼ਾਂ ਵੀ ਆਪਾਂ ਇਦੋਂ ਬਾਅਦ ਇਹਨਾਂ ਚੀਜ਼ਾਂ ਦਾ ਬਾਈਕਾਟ ਕਰ ਰਹੇ ਆ ਜੀ ਪਿੰਡ ਤਾਂ ਬਹੁਤ ਸਾਸ ਮਿਲ ਰਿਹਾ ਜੀ ਲੰਗਰ ਲਾ ਆਪਣਾ ਲੰਗਰ ਚੱਲੀ ਜਾਂਦਾ 26 ਤਰੀਕ ਤੋਂ ਵੀ ਚੱਲੀ ਜਾਂਦਾ ਨਵੰਬਰ ਤੋਂ ਹੀ ਤੇ ਪਿੰਡ ਦਾ ਬਹੁਤ ਜਿਆਦਾ ਸਾਥ ਮਿਲ ਜਾਂਦਾ ਜੀ ਹੁਣ ਕੱਲ ਨੂੰ ਫੇਰ ਲੱਕੜਾਂ ਦਾ ਟਰਾਲਾ ਭੇਜ ਰਿਆਂ ਸੀ ਦੇ ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਚੀਜ਼ ਭੇਜਦੇ ਜਾਂਦੇ ਟਰੈਕਟਰ ਜਾਈ ਜਾਂਦੇ ਰਹਿੰਦੇ ਇੱਥੇ ਪਿੰਡ ਦੀ ਬਾਈ ਜੀ ਕਿੰਨੀ ਕਵੋਟ ਹੈ ਇਹਦੇ ਵਾਰੀ ਸਾਡੇ ਦਰਸ਼ਕਾਂ ਨੂੰ ਗੁਰੂ 12-13000 ਵੋਟ ਹੈਗੀ ਹੈ ਬਾਈ ਜੀ ਇਹ ਹੈ ਜੀ ਪਿੰਡ ਰੂੜੀ ਜੋ ਕਿ ਦੇਖਿਆ ਜਾਂਦਾ ਜੀ ਕਿ ਪਹਿਲਾਂ ਜਦੋਂ ਅਸੀਂ ਹੋਂ ਦੇਖਦੇ ਤਾਂ ਇਹੀ ਗੱਲ ਹੁੰਦੀ ਕਿ ਇੱਥੇ ਨਸ਼ਿਆਂ ਦਾ ਜੁੱਗ ਹੈ ਇੱਥੇ ਨਸ਼ੇ ਵੇਚਦੇ ਚਿੱਟਾ ਵੇਚਦਾ ਲੇਕਿਨ ਸਾਡੇ ਉਹ ਨੌਜਵਾਨ ਵੀ ਹੈ ਜੋ ਕਿ ਆਪਦੇ ਹੋਂਦ ਨੂੰ ਬਚਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹੈ ਇਹ ਸੀ ਗੁਰਪ੍ਰੀਤ ਸਿੰਘ ਦਾ ਪਰਿਵਾਰ ਜੇ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤੇ ਅੱਗੇ ਤੇ ਸ਼ੇਅਰ ਕਮੈਂਟ ਜਰੂਰ ਸਾਨੂੰ ਦੱਸਿਓ ਹਾਂਜੀ ਬਾਪੂ ਜੀ ਮੈਂ ਇੱਕ ਪਿੰਡ ਦੇ ਸਹੂਜ ਬਾਰੇ ਤੁਸੀਂ ਗੱਲ ਪੁੱਛੀ ਸੀ ਪਿੰਡ ਤੋਂ ਨਾ ਮੰਨ ਲਓ ਸਾਡੇ ਰੋਟੇਸ਼ਨ ਪਾਲ ਸੀ ਚੱਲਦੀ ਆਠ ਦਿਨਾਂ ਦੇ ਬਾਅਦ ਅਸੀਂ ਬਦਲ ਜਾਂਦੇ ਆਂ ਵੀ ਬੰਦੇ ਮੰਨ ਲਓ ਰੋਟੇਸ਼ਨ ਪਾਲ ਸੀ ਚੱਲਦੀ ਹੈ ਅੱਜ ਹੁਣ ਕੱਲ ਨੂੰ ਬੰਦਰ ਪੱਤੀ ਤੇ ਪੱਤੀਆਂ ਵਾਈ ਸਾਡਾ ਇਹ ਨੀ ਸਿਸਟਮ ਚੱਲ ਰਿਹਾ ਹੈਗਾ ਕੱਲ ਨੂੰ ਪੱਤੀਆਂ ਬਾਹਰ ਜਾਣਗੇ ਦੂਜੇ ਬੰਦੇ ਆ ਜਾਣਗੇ ਇਸ ਤਰ੍ਹਾਂ ਚੱਲ ਰਿਹਾ ਸਿਸਟਮ ਸਾਡਾ ਹੁਣ ਪਿੰਡ ਦਾ ਬਹੁਤ ਜ਼ਿਆਦਾ ਰੋਗ ਹੈ ਇੰਨਾ ਵੀ ਕਹੋ ਵੱਧ ਤੋਂ ਵੱਧ ਇਸ ਟਾਈਮ ਦੇਖੋ ਬਾਪੂ ਜੀ ਨੇ ਵੀ ਦੱਸਿਆ ਕਿ ਪਹਿਲਾਂ ਨਹੀਂ ਸੀਗਾ ਜਦੋਂ 26 ਤਰੀਕ 25 ਤਰੀਕ ਤੋਂ ਪਹਿਲਾਂ ਨਹੀਂ ਸੀਗਾ ਇਹ ਲੇਕਿਨ ਅੱਜ ਜਿਵੇਂ ਜਿਵੇਂ ਲਹਿਰ ਬਣਦੀ ਜਾਂਦੀ ਹੈ ਕੜੀ ਨਾ ਕੜੀ ਜੁੜਦੀ ਜਾ ਰਹੀ ਹੈ ਇਸ ਕਰਕੇ ਸਾਨੂੰ ਵੀ ਪਤਾ ਕਿ ਸਾਡੀ ਜਿੱਤ ਹਮੇਸ਼ਾ ਪੱਕੀ ਹੁੰਦੀ ਹੈ ਜਦੋਂ ਕਿਉਂ ਸਮਾਂ ਲੱਗ ਜਾਂਦਾ ਸਮਾਂ ਹਰ ਕੰਮ ਨੂੰ ਲੱਗ ਜਾਂਦਾ ਸਮੇਂ ਦੇ ਸਿਰ ਇਹ ਜਿੱਤ ਜ਼ਰੂਰ ਹੋਣੀ ਹੈ ਜੇ ਸਾਡੀਆਂ ਵੀਡੀਓ ਚੰਗੀਆਂ ਲੱਗਣ ਤਾਂ ਕਿ ਦੇ ਕੇ ਸ਼ੇਅਰ ਕਮੈਂਟ ਜ਼ਰੂਰ ਕਰੋ